ਭਗਤ ਸਿੰਘ ਦੇ ਬੁੱਤ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਬੜੀ ਚੰਗੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ, ਲਾਉਣਾ ਚਾਹੀਦਾ। ਵੇਖੋ ਭ੍ਰਿਸ਼ਟਾਚਾਰ ਕੋਈ ਆਖਣ ਨਾਲ ਖਤਮ ਨਹੀਂ ਹੁੰਦਾ। ਪਿਛਲੀ ਵਾਰ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਮੈਂ ਹਫ਼ਤੇ 'ਚ ਭ੍ਰਿਸ਼ਟਾਚਾਰ ਖਤਮ ਕਰ ਦਿਆਂਗਾ, ਹਫ਼ਤੇ 'ਚ ਹੀ ਨਸ਼ਾ ਖਤਮ ਕਰ ਦਿਆਂਗਾ। ਹੋਇਆ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਭਗਤ ਸਿੰਘ ਬੁੱਤ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਭਗਤ ਸਿੰਘ ਦੇ ਬੁੱਤ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਚੰਗੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ, ਲਾਉਣਾ ਚਾਹੀਦਾ, ਬਹੁਤ ਲਾਉਣਾ ਚਾਹੀਦਾ, ਬਹੁਤ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਕੁਰਬਾਨੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਕ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਇੱਕ ਨੰਬਰ ਜਾਰੀ ਕਰਨ ਜਾ ਰਹੇ ਹੈਗੇ ਆ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ ਜਾਊਗਾ। ਵੇਖੋ ਭ੍ਰਿਸ਼ਟਾਚਾਰ ਕੋਈ ਆਖਣ ਨਾਲ ਖਤਮ ਨਹੀਂ ਹੁੰਦਾ। ਕੋਈ ਵੀ ਪਾਰਟੀ ਹੈ ਜਿਸ ਦੀ ਰਾਜ ਆਉਂਦਾ, ਪਿਛਲੀ ਵਾਰ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਮੈਂ ਹਫ਼ਤੇ 'ਚ ਭ੍ਰਿਸ਼ਟਾਚਾਰ ਖਤਮ ਕਰ ਦਿਆਂਗਾ, ਹਫ਼ਤੇ 'ਚ ਹੀ ਨਸ਼ਾ ਖਤਮ ਕਰ ਦਿਆਂਗਾ। ਹੋਇਆ ਇਹ ਭ੍ਰਿਸ਼ਟਾਚਾਰ ਜੜ੍ਹਾਂ 'ਚ ਬੈਠਾ ਹੈ ਅਤੇ ਇਹ ਗੱਲ ਸਾਹਮਣੇ ਆ ਜਾਣੀ ਹੈ ਕਿੰਨਾ ਕੁ ਭ੍ਰਿਸ਼ਟਾਚਾਰ ਖਤਮ ਕਰਦੇ। ਦੂਜੇ ਪਾਸੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ 35,000 ਨੌਜਵਾਨ ਬੇਰੁਜ਼ਗਾਰਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਜਾ ਰਹੀ ਹੈਗੀ ਹੈ, 35,000 ਨਵੀਆਂ ਪੋਸਟਾਂ ਗੱਲ ਕਰਦੀ ਵੀ ਜਲਦੀ ਅਸੀਂ ਇਹਨੂੰ ਪੱਕੇ ਕਰ ਲਾਂ, ਕੀ ਲੱਗਦਾ ਹੈਗਾ ਵੀ? ਦੇਖੋ ਕੱਚਾ ਹੋਣਾ ਹੀ ਨਹੀਂ ਚਾਹੀਦਾ, ਆਪਣੇ ਜਵਾਨ ਆਪਣੇ ਕਰਕੇ ਮੈਂ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਮੀਟਿੰਗਾਂ ਰਹਿੰਦਾ ਰਿਹਾ ਔਰ ਉਹਨਾਂ ਦੇ ਜਿਹੜੇ ਮਸਲੇ ਉਹਨਾਂ ਨਾਲ ਬੈਠ ਕੇ ਹੱਲ ਕਰਦਾ ਰਿਹਾ। ਪਿਛਲੀ ਗੌਰਮੈਂਟ ਨੇ ਤਾਂ ਕਦੇ ਮੁਲਾਜ਼ਮਾਂ ਨਾਲ ਗੱਲਬਾਤ ਹੀ ਨਹੀਂ ਕੀਤੀ, ਅਤੇ ਕੱਚਾ ਤਾਂ ਹੋਣਾ ਹੀ ਨਹੀਂ ਚਾਹੀਦਾ। ਵੇਖੋ ਪਰਿਵਾਰ ਦਾ ਖਰਚ ਜਿਹੜਾ ਹੈ ਉਹ ਕੱਚੇ ਦਾ ਵੀ ਉਹਨਾਂ ਦੇ ਪੱਕੇ ਦਾ ਵੀ ਉਹਨਾਂ ਹੈ, ਅਤੇ ਜੇ ਕਿਸੇ ਨੂੰ ਹੋਣਾ 10-10 ਸਾਲ 15-15 ਸਾਲ ਦੇ ਲੋਕ ਬੈਠੇ ਆ ਜਿਹੜੇ ਕੱਚੇ ਨੇ, ਇਸ ਕਰਕੇ ਪੱਕੇ ਤਾਂ ਹੋਣੇ ਚਾਹੀਦੇ, ਉਹਨਾਂ ਦਾ ਰਾਈਟ ਬਣਦਾ। ਹੋਰ ਕਿੰਨੇ ਕੁ ਲੈਂਦੇ ਆ, ਜਿੰਨੇ ਕੁ ਲੈਣ ਕੇ ਚੰਗਾ, ਮੈਂ ਕੋਈ ਮਾੜਾ ਤਾਂ ਨਹੀਂ ਆਉਂਦਾ, ਪਰ ਇਹ ਪਤਾ ਲੱਗੂਗਾ ਜਦੋਂ ਹੋਊਗਾ। ਇੱਕ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਦੇਖੋ ਪੰਜਾਬ ਦਾ ਹੱਕ ਦੂਜੇ ਲਈ ਜਾਂਦੇ, ਪਹਿਲਾਂ ਤਾਂ ਅਸੀਂ ਆਖਦੇ ਸਾਂ ਪੰਜਾਬ ਦਾ ਪਾਣੀ ਗਿਆ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਗਏ, ਪੰਜਾਬ ਦੀ ਰਾਜਧਾਨੀ ਗਈ। ਹੁਣ ਪੰਜਾਬ ਦੇ ਜਿਹੜੇ ਰਾਜਸਭਾ ਦੇ ਮੈਂਬਰ ਸਨ ਉਹ ਵੰਡੇ ਆ ਵੀ ਇੰਨੇ ਪੰਜਾਬ ਨੂੰ ਦੇਣੇ ਆ, ਇਹਨਾਂ ਨੇ ਉਹ ਸਾਰੇ ਬਾਹਰਲੇ ਦੇਤੇ ਜਾਂ ਕਰੋੜਪਤੀ ਬੰਦੇ ਦੇ। ਪੰਜਾਬ ਨਾਲ ਬੜਾ ਧੋਖਾ ਕੀਤਾ, ਅਸੀਂ ਸ਼ੁਰੂ ਤੋਂ ਆਖਦੇ ਸਨ ਕਿ ਇਹ ਪੰਜਾਬ ਨਾਲ ਇਹਨਾਂ ਦੀ ਕੋਈ ਹਮਦਰਦੀ ਨਹੀਂ, ਸਾਰੇ ਫੈਸਲੇ ਉੱਤੇ ਹੋਣਗੇ, ਇਹਦਾ ਪਹਿਲਾ ਜਿਹੜਾ ਫੈਸਲਾ ਕਿੱਡਾ ਗਲਤ ਹੋਇਆ, ਇਹਦੇ 'ਤੇ ਅਖਬਾਰਾਂ ਵਾਲੇ ਨੇ ਵੀ ਲਿਖਿਆ ਅਤੇ ਮੈਂ ਇਹਦੀ ਬਹੁਤ ਨਿੰਦਿਆ ਕਰਦਾ।